ਤੇ ਹੁਣ ਰੋਜ਼ ਝੂਠ ਬੋਲਦਾ ਸੀ, ਰੋਜ਼ ਗਾਲੀ ਗਲੋਚ ਵੀ ਚੱਲਦੀ ਸੀ, ਰੋਜ਼ ਨਿੰਦਿਆ ਵੀ ਕਰਦਾ ਸੀ। ਪਰ ਜਦੋਂ ਹੁਣ ਤੂੰ ਜ਼ਬਾਨੋ ਬੋਲੇ, ਇੱਕ ਇੱਕ ਅੱਖਰ ਬੋਲਦਿਆਂ ਹੋਇਆ ਉਦੋਂ ਧਿਆਨ ਦੇਣਾ ਹੈ ਕਿ ਮੇਰੇ ਬੋਲੇ ਹੋਏ ਬੋਲਾਂ ਦੇ ਨਾਲ ਕਿਸੇ ਦਾ ਹਿਰਦਾ ਨਾ ਦੁਖਦਾ ਹੋਵੇ। ਮੇਰੇ ਜ਼ਬਾਨ ਤੋਂ ਬੋਲੇ ਹੋਏ ਇੱਕ ਵੀ ਅੱਖਰ ਵਿੱਚ ਝੂਠ ਨਹੀਂ ਹੋਣਾ ਚਾਹੀਦਾ। ਮੇਰੇ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮਨ ਸਾਚਾ ਮੁੱਖ ਸਾਚਾ ਸੋਏ। ਜਦੋਂ ਤੇਰੀ ਜ਼ਬਾਨ ਦੇ ਉੱਤੇ ਰਸਨਾ ਦੇ ਉੱਤੇ ਮਿਠਾਸ ਹੀ ਮਿਠਾਸ ਹੋਵੇ, ਉਦੋਂ ਤੂੰ ਅੰਮ੍ਰਿਤਧਾਰੀ ਹੋਵੇਗਾ। ਅੰਮ੍ਰਿਤ ਤੇ ਛਕ ਲਿਆ, ਪਰ ਜਦੋਂ ਉਹਦੇ ਉੱਤੇ ਅਸਰ ਆਪਾਂ ਨੇ ਲਾਗੂ ਕਰਨਾ ਗੁਰੂ ਦੀ ਬਾਣੀ ਰਾਹੀਂ, ਰੋਜ਼ ਨਿਤਨੇਮ ਕਰਕੇ ਚੰਗੇ ਗੁਣਾਂ ਨੂੰ ਧਾਰਨ ਕਰਕੇ, ਅੰਮ੍ਰਿਤਧਾਰੀ ਉਦੋਂ ਹੋਣਾ ਹੈ, ਉਦੋਂ ਅੰਮ੍ਰਿਤਧਾਰੀ ਬਣੀਦਾ ਹੈ। ਫਿਰ ਨੇਤਰਾਂ ਦੇ ਵਿੱਚ ਮਾਰੇ ਜਾਂਦੇ ਨੇ ਛੱਟੇ, ਅੰਮ੍ਰਿਤ ਸੰਚਾਰ ਸਮੇਂ ਨੇਤਰਾਂ ਵਿੱਚ ਛੱਟੇ ਮਾਰੇ ਗਏ। ਉਦੋਂ ਪਹਿਲਾਂ ਤਾਂ ਸੁਭਾਅ ਸੀ ਤੱਕੈ ਨਾਰ ਪਰਾਈਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ। ਪਹਿਲਾਂ ਸੁਭਾਅ ਸੀ ਤੱਕੈ ਨਾਰ ਪਰਾਈਆਂ, ਲੁਕ ਅੰਦਰ ਠਾਣੀ। ਪਰ ਹੁਣ ਗੁਰੂ ਦਾ ਅੰਮ੍ਰਿਤ ਨੇਤਰਾਂ ਵਿੱਚ ਪੈ ਗਿਆ, ਹੁਣ ਇਹ ਗੱਲ ਭੁੱਲੀ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਹੁਣ ਇਸ ਤਰ੍ਹਾਂ ਤੈਨੂੰ ਚੱਲਣਾ ਪਏਗਾ। ਹੁਣ ਪਰਤਰੇ ਰੂਪ ਨਾ ਪੇਖੈ ਨੇਤਰ, ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਕਿ ਹੋਂ ਤਿਸ ਘੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਵਿਕਾਰੀ ਬਿਰਤੀ ਲੈ ਕੇ ਆਪਣੇ ਨੇਤਰਾਂ ਨੂੰ ਮੈਲਾ ਨਹੀਂ ਕਰਨਾ। ਸੰਸਾਰ ਦੀਆਂ ਔਰਤਾਂ ਨੂੰ ਔਰਤ ਵਾਸਤੇ ਮਰਦਾਂ ਲਈ ਉਪਦੇਸ਼, ਔਰਤ ਵਾਸਤੇ ਸਾਂਝਾ ਉਪਦੇਸ਼ ਹੈ, ਦੋਨਾਂ ਵਾਸਤੇ ਉਪਦੇਸ਼ ਹੈ। ਇਹਨਾਂ ਨੇਤਰਾਂ ਵਿੱਚ ਮੇਰੇ ਗੁਰੂ ਨੇ ਅੰਮ੍ਰਿਤ ਪਾਇਆ। ਜਿਸ ਦਿਨ ਆਪਣੇ ਨੇਤਰਾਂ ਦੀ ਦੇਖਣੀ ਸਹੀ ਕਰ ਲਵੇ, ਅੰਮ੍ਰਿਤ ਪਹਿਲਾਂ ਛਕਿਆ, ਅੰਮ੍ਰਿਤਧਾਰੀ ਬਾਅਦ ਵਿੱਚ ਹੋਵੇਗਾ। ਇੱਥੇ ਜੀਵਨ ਹੌਲੀ ਹੌਲੀ ਘੜਨਾ ਪਵੇਗਾ। ਅਜੇ ਤੇ ਐਡਮਿਸ਼ਨ ਲਈ ਆਪਾਂ ਨੇ, ਜਿਹੜੇ ਅੰਮ੍ਰਿਤ ਛਕਦੇ ਅਜੇ ਐਡਮਿਸ਼ਨ ਲਈ ਹੈ, ਅਜੇ ਸਟੱਡੀ ਕਰਨੀ ਹੈ ਅਗਲੇ ਸਾਲ। ਜਿਵੇਂ ਬੱਚਾ ਐਡਮਿਸ਼ਨ ਲੈਂਦਾ, ਸਾਰਾ ਸਾਲ ਸਟੱਡੀ ਕਰਦਾ ਹੈ। ਅੰਮ੍ਰਿਤ ਛਕਣਾ ਅਸਲ ਵਿੱਚ ਇੱਕ ਐਡਮਿਸ਼ਨ ਹੈ, ਅਤੇ ਗੁਰੂ ਦੀ ਕਿਰਪਾ ਦੇ ਨਾਲ ਬਾਣੀਆਂ ਦਾ ਪਾਠ ਕਰ ਕਰਕੇ ਰੋਜ਼ ਅੱਗੇ ਸਟੱਡੀ ਜਾਰੀ ਰੱਖਣੀ ਹੈ, ਮਰਦੇ ਦਮ ਤੱਕ, ਅਖੀਰਲੇ ਸਵਾਸਾਂ ਤੱਕ ਉਹ ਸਟੱਡੀ ਜਾਰੀ ਰੱਖਣੀ ਹੈ। ਇੱਕ ਬੇਨਤੀ ਕਰਕੇ ਸਮਾਪਤੀ ਕਰਨੀ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਵਾਸਤੇ, ਭਾਵੇਂ ਨਹੀਂ ਵੀ ਛਕਿਆ, ਚਲੋ ਗੁਰੂ ਦਾ ਉਪਦੇਸ਼ ਸਾਂਝਾ ਹੈ। ਉੱਥੇ ਇੱਕ ਵਿਦਵਾਨ ਨੇ ਕੁਝ ਸਤਰਾਂ ਲਿਖੀਆਂ, ਕਹਿੰਦਾ ਜਿਹਨੇ ਗੁਰੂ ਦੀ ਕਿਰਪਾ ਲਈ ਉਹ ਬਣਿਆ ਅਕਾਲੀ। ਤੇ ਅਕਾਲੀ ਇੱਥੇ ਆਪਾਂ ਕਿਸੇ ਪਾਰਟੀ ਦਾ ਨਾਮ ਨਹੀਂ ਲੈ ਰਹੇ, ਅਕਾਲੀ ਦਾ ਮਤਲਬ ਜਿਹੜਾ ਸਿੱਧਾ ਅਕਾਲ ਨਾਲ ਜੁੜਿਆ ਹੋਇਆ, ਇੱਕ ਓਅੰਕਾਰ ਅਕਾਲੀ, ਉਹ ਜਿਹਦੇ ਆਪਾਂ ਬਚਨ ਪਿੱਛੇ ਵੀ ਬੇਨਤੀ ਕੀਤੀ, ਅਕਾਲੀ ਦਾ ਮਤਲਬ ਜਿਹਨੇ ਇੱਕ ਅਕਾਲ ਨੂੰ ਧਿਆਇਆ ਹੋਇਆ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਉਹ ਅਕਾਲੀ। ਉੱਥੇ ਫਿਰ ਬਚਨ ਆਏ ਵਿਦਵਾਨ ਨੇ, ਕਹਿੰਦਾ ਵੀ ਜਿਹਨੇ ਇਹ ਗੁਣ ਧਾਰਨ ਕਰਨਾ ਨਾ, ਬਸ ਅਮਰ ਸੰਚਾਰ ਸਮੇਂ ਕਹਿ ਲਈਏ, ਵਿਸਾਖੀ ਵਾਲੇ ਦਿਨ ਕਹਿ ਲਈਏ, ਜਾਂ ਹਰੇਕ ਸਿੱਖ ਵਾਸਤੇ ਕਹਿ ਲਈਏ, ਇਹ ਸਾਂਝਾ ਉਪਦੇਸ਼। ਉਹ ਕਹਿੰਦਾ ਹੈ ਕਿ ਜਲ ਵਿੱਚ ਕਮਲ ਜਿਉਂ ਮਾਇਆ 'ਚ ਉਦਾਸ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਜਿਵੇਂ ਪਾਣੀ ਦੇ ਵਿੱਚ ਕਮਲ ਖਿੜਿਆ ਰਹਿੰਦਾ ਹੈ ਨਾ, ਰਹਿੰਦਾ ਚਿੱਕੜ ਦੇ ਵਿੱਚ ਹੈ, ਪਰ ਚਿੱਕੜ ਦੇ ਵਿੱਚ ਰਹਿ ਕੇ ਚਿੱਕੜ ਤੋਂ ਨਰਲੇ ਪੈ, ਚਿੱਕੜ ਦੀ ਇੱਕ ਬੂੰਦ ਵੀ ਕਣ ਵੀ ਆਪਣੇ ਤੇ ਲੱਗਣ ਨਹੀਂ ਦਿੰਦਾ। ਰਹਿਣਾ ਪਰਿਵਾਰ ਵਿੱਚ ਹੈ, ਰਹਿਣਾ ਗ੍ਰਸਥ ਵਿੱਚ ਹੈ, ਰਹਿਣਾ ਮਾਇਆ ਦੇ ਵਿੱਚ ਹੈ, ਪਰ ਮਾਇਆ ਦਾ ਮੋਹ ਦਾ ਚਿੱਕੜ ਸਾਡੇ ਉੱਤੇ ਹਾਵੀ ਨਹੀਂ ਹੋਣਾ ਚਾਹੀਦਾ। ਇਹ ਹੈ ਖਾਲਸਾ, ਇਹ ਹੈ ਸਿੱਖ। ਜਲ ਵਿੱਚ ਕਮਲ ਜਿਉਂ ਮਾਇਆ ਵਿੱਚ ਉਦਾਸ ਸਦਾ, ਸਭ ਦਾ ਸੁਨੇਹੀ, ਸਾਰਿਆਂ ਦਾ ਸੁਨੇਹੀ ਹੋ ਕੇ ਰਹਿਣਾ ਸਿੱਖ ਨੂੰ ਉਪਦੇਸ਼ ਹੈ। ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਜਲ ਵਿੱਚ ਕਮਲ ਜਿਉਂ ਮਾਇਆ 'ਚ ਉਦਾਸ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਅੱਗੇ ਆ ਕੇ ਕਹਿਣ ਲੱਗੇ ਕਰਕੇ ਕਮਾਈ ਖਾਵੇ। ਕੱਲ ਵੀ ਬੇਨਤੀ ਕੀਤੀ, ਬਾਜ ਸਾਰੀ ਉਮਰ ਆਪ ਸ਼ਿਕਾਰ ਕਰਦਾ ਹੈ, ਕਿਸੇ ਦੇ ਕੀਤੇ ਹੋਏ ਸ਼ਿਕਾਰ 'ਤੇ ਆਪਣਾ ਕਬਜ਼ਾ ਨਹੀਂ ਕਰਦਾ, ਤਾਂ ਗੁਰੂ ਨੇ ਬਾਜ ਰੱਖਿਆ ਸੀ। ਇਹ ਤੇ ਉੱਦਮ ਹੀ ਕਰਦਾ ਰਹਿੰਦਾ ਹੈ, ਕਦੇ ਵੀ ਆਲਸੀ ਨਹੀਂ ਹੁੰਦਾ, ਬਾਜ ਆਲਸੀ ਨਹੀਂ ਹੁੰਦਾ, ਤਾਂ ਗੁਰੂ ਨੇ ਨਾਲ ਰੱਖਿਆ ਸੀ। ਅਸਲ ਵਿੱਚ ਸਿੱਖ ਦਾ ਵੀ ਸੁਭਾਅ ਇਹੀ ਹੈ, ਮਰਦੇ ਦਮ ਤੱਕ ਉੱਦਮ ਜਾਰੀ ਰਵੇ, ਕਰਕੇ ਕਮਾਈ ਖਾਵੇ। ਮੰਗਣਾ ਹਰਾਮ ਜਾਣੇ। ਜਲ ਵਿੱਚ ਕਮਲ ਜਿਉਂ ਮਾਇਆ ਵਿੱਚ ਉਦਾਸ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ। ਭਾਣੇ ਵਿੱਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਕੋਈ ਸਵਾਰਥ ਨਾ ਹੋਵੇ। ਮੈਂ ਗੁਰੂ ਘਰ ਦੀ ਸੇਵਾ ਕਰਨੀ, ਜੇ ਮੈਨੂੰ ਇਹ ਮਿਲੇਗਾ ਤਾਂ ਮੈਂ ਗੁਰੂ ਘਰ ਜਾਣਾ, ਜੇ ਮਹਾਰਾਜ ਤੁਸੀਂ ਮੈਨੂੰ ਇਹ ਦਿਓਗੇ ਨਾ
मैं नहीं दे करवावांगा, नहीं स्वार्थ तो बिना, इनू कहते समर्पण। तू दे ना दे, जे सुख दे तां तुझे राधी, दुख भी तुझे ते आई, जे दुख दे रहे मैं कहना छड़ के जाना है, भावें तीरक भावें धक्के एक वडाई दे, ज्यों ज्यों तेरा हुक्म तिवें त्यों होवणा, महाराज मैं छड़ के नहीं जावांगा, दुख भी दे कोई गल नहीं, एह पितात तेरी दाता, अरे दुख भी तेरी दात है। वो कहता है कि भाणे विच विपता नूं मन्ने खुशहाली है, स्वार्थ तो बिना गुरद्वारियां दा चौकीदार, स्वार्थ नहीं होना चाहिए। अगली गल, जिथे लोड़ पै गई लुक के नहीं लैना, बेदबियां हुंदियां हन, किते कोई मर्यादा दे विच रुकावट पाउंदा है, किते कोई तशद्दुद ढाउंदा है, किते संघर्ष की गल आई, उदों तैनूं उठ के जा के उस संघर्ष विच शामिल होना पवेगा, सिखा तेरी उत्थे लोड़ है। फिर सुनियो बेनती, जो विद्वानां ने बचन लिखे हैं वो आखदे कहते, स्वार्थ तो बिना गुरद्वारियां दा चौकीदार, धर्म युद्ध ताई मुख चढ़े इहदे लाली है, जिथे लोड़ पै गई ना लाली चढ़ जावे तेरे मुंह ते, बस मेरे गुरु ने मैनूं याद किया है। यह सिख, यह खालसा, पूजे ना अकाल बिन होर कोई देवी देव, आए खालसा, यह सिख। अज के दिन ते पल्ले बन लियो बचन, जल विच कमल ज्यों, माया च उदास सदा, सब दा स्नेही चाल सब तो निराली है, करके कमाई खावे मंगना हराम जाने, भाणे विच विपता नूं मन्ने खुशहाली है, पूजे ना अकाल बिन, स्वार्थ तो बिना गुरद्वारियां दा चौकीदार, धर्म युद्ध ताई मुख चढ़े इहदे लाली है, पूजे ना अकाल बिन होर कोई देवी दे, जपो ताई को नाम सभना जिया का एक दाता, पूजे ना अकाल बिन होर कोई देवी देव, सिंह दशमेश जी का कहीं अकाली है, ओदे अकाल नूं ध्यौण वाला है, उही सिख है, उही गुरु की कृपा नूं मानदा है, ओ बाकी विकारां दे नाल लड़दिआं होइआं गुरु तक पहुंचदा है, विकारां नूं पछाड़ दिंदा है, उहदा जीवन बन गया, उहदे नेत्रां दे विच अमृत पिआ, अमृत छकिआ भी उहने, ते अमर दा धारनी भी हो गया, उहदे केसां विच अमृत पिआ, अमृत छकिआ, ते अमर दा धारनी भी हो गया, ते होर कोई देवी देव दी पूजा छड्ड के सिद्धा इक अकाल पुरख वाहिगुरु नूं मन्नण वाला, ओ अकाल पुरख वाहिगुरु दा सेवक है, कलगीधर पातशाह दा सिख है, सिंह है, खालसा है। अज दी इह सेवा प्रवान करनी, व्यंत भुल्लां होईआं हुंदीआं रहिणगीआं, आप संगत ने बख्शना, अगे भी यह सेवा जारी रहेगी, कोशिश होगी विसाखी के दिहाड़े की की मानता है, अगले दिनों में फिर बेनती करनी है। सारिया संगतों का धन्यवाद, विसाखी के महान पुरब दी आप संगतों को लख लख बधाई होवे, भुल्लां दास दी जान के बख्श लैनी है, फटे दी सान पाओ, वाहेगुरु जी का खालसा, वाहेगुरु जी की फतह।